ਆਪਾਂ ਰੋਟੀ ਖਾਣ ਲੱਗੇ ਹਾਂ ਜੀ, ਸਵੇਰ ਦੀ ਰੋਟੀ ਨਹੀਂ ਖਾਧੀ ਆਪਾਂ, ਨਾ ਖਾ ਕੇ ਆਏ ਆਪਾਂ, ਘਰੋਂ ਦੋ ਵਾਰੀ ਚਾਹ ਪੀ ਲਈ ਸੀ ਜ਼ਰੂਰ, ਹੁਣ ਆਪਾਂ ਰੋਟੀ ਖਾਵਾਂਗੇ। ਆ ਕੀ ਇਹਦਾ, ਆ ਵੀ ਟੁੱਟਾ, ਸਾਰਾ ਟੁੱਟਾ, ਚੱਲਦਾ ਹੁਣ ਬੈਲ ਕੁਝ? ਜਦੋਂ ਫੋਨ ਆਏ ਨਾ ਇੱਥੋਂ ਐਂ ਕਰ ਦੇਣਾ ਅੰਦਾਜ਼ੇ ਨਾਲ। ਅੱਛਾ, ਜਦੋਂ ਫੋਨ ਆਏ ਨਾ ਉਦੋਂ ਐਂ ਅੰਦਾਜ਼ੇ ਨਾਲ ਕਰ ਦੇਣਾ। ਹਾਂ, ਚੁੱਕਿਆ ਨਹੀਂ ਫਿਰ ਦੁਬਾਰਾ ਕਰੂੰਗੇ ਜਿਹਨੇ ਕਰਨਾ। ਯਾਰ ਇਹਨੂੰ ਟੰਗ ਦੇ ਤੇਰੇ, ਉਹ ਇੱਥੇ ਨਹੀਂ, ਉੱਥੇ ਟੰਗ ਦੇ, ਉਹ ਪਿੱਛੇ ਜੰਗਲਾ ਜਿਹੜਾ ਗਾ, ਇੱਧਰ ਦੇ, ਇੱਧਰ ਨਹੀਂ ਖਾ ਕੇ ਨਹੀਂ ਆਇਆ ਮੈਂ, ਇੱਥੇ ਟੰਗਣ ਵਾਸਤੇ ਕਿਹਾ ਤੈਨੂੰ। ਨਹੀਂ ਮਾਮਾ ਜੀ, ਮੈਂ ਨਹੀਂ ਖਾ ਗਿਆ। ਰੰਗ ਚੜੀ ਜਾਂਦਾ ਪਿਆ ਉਹਨੂੰ, ਤੁਹਾਨੂੰ ਕੈਮਰੇ ਨਹੀਂ ਵੇਖੂ, ਪਰ ਅਸਲ ਚ ਪੂਰਾ ਰੈੱਡ ਹੋ ਗਿਆ। ਕਿਉਂ ਕੈਮਰੇ ਚ ਕਿਉਂ ਨਹੀਂ ਵੇਖੂ ਪਿਆ ਪਿਆ? ਪੂਰਾ ਕਲੀਅਰ ਨਹੀਂ ਵੇਖੂਗਾ ਨਾ, ਕਲੀਅਰ ਖਾ ਦਿੰਦੇ। ਅੱਜ ਕੱਲ ਦੇ ਨਿਆਣੇ ਬੜੇ ਤੇਜ਼ ਹੈ ਯਾਰ। ਓਏ ਓਏ ਮਾਮਾ, ਰੇਟ ਚਲੇ ਲੱਭ ਕੇ ਕਰੇ ਗੇਅਰ ਚ ਗੱਲਾਂ। ਓਏ ਭਰਾਵਾ, ਪਹਿਲੇ ਚ ਕਰ ਲੈਗਾ ਤੂੰ, ਗਾਹ ਖੜਦਾ 10 ਕਿਲੋਮੀਟਰ ਕਰਨਾ ਤੇ ਗੱਡੀ ਲਾ ਕੇ ਗਾਹ ਹੀ ਕਰਨਾ, ਜਿਹੜੇ ਮਰਜ਼ੀ ਚ ਕਰ ਲਾ। ਓਏ ਹੋਏ, ਹਾਲੇ ਤਾਂ ਬਸ ਇੰਨੀ ਕੀ ਕੀਤੀ, ਮੁੰਡਾ ਉਦਾਂ ਪੂਰਾ ਟ੍ਰੇਨ ਆ। ਹੈ ਓਏ, ਟ੍ਰੇਨ ਹੈ ਨਾ ਪੂਰਾ। ਬੋਲਣ ਲੱਗਾ ਭਰਾ ਕੁਝ, ਅਸੀਂ 8 ਵਜੇ ਦੇ ਅਸੀਂ ਆਏ ਹਾਂ ਅਤੇ 1 ਵਜੇ ਚੱਲਿਆ, ਤਾਂ ਸਾਡੀ ਹਾਲੇ ਇੱਕ ਵੀ ਪੱਤ ਰੈਡੀ ਨਹੀਂ ਹੋਈ, ਹੋਣ ਵਾਲੀ ਬਸ 15-20 ਮਿੰਟ ਲੱਗ ਜਾਣੇ, 15-20 ਮਿੰਟ ਹੋਰ ਛੁੱਟ ਲੜਾ। ਆਹੋ, ਤਾਂ ਹਾਲੇ ਰਾਤ ਤੱਕ ਤਾਂ ਆਪਾਂ ਇੱਥੇ ਹੀ ਹਾਂ। ਲੀਡਰ ਸਾਹਿਬ ਬੈਠ ਚੁੱਕੇ ਨੇ ਸਾਡੀ ਨਿਗਰਾਨੀ ਵਾਸਤੇ, ਗੁੜ ਦੀ ਨਿਗਰਾਨੀ ਵਾਸਤੇ, ਹੈ ਨਾ ਬਾਬਾ ਜੀ? ਗੰਨੇ ਨੂੰ ਕੀ ਕਹਿੰਦੇ ਆ ਦੱਸੋ ਪਹਿਲਾਂ? ਸ਼ੂਗਰ ਕੇਨ। ਵਾਓ, ਤੇ ਗੁੜ ਨੂੰ? ਸ਼ੂਗਰ ਕੇਨ। ਚੱਲ ਮੈਨੂੰ ਵੀ ਪਤਾ, ਦੇਖ ਕਿਵੇਂ ਹੱਸਦੇ। ਗੁੜ ਬਣਨਾ ਸ਼ੁਰੂ ਹੋ ਗਿਆ ਅਤੇ ਹੌਲੀ ਹੌਲੀ ਥਿੱਕ ਹੋ ਜਾਂਦਾ ਪਿਆ ਅਤੇ ਘੱਟ ਵੀ ਹੋ ਜਾਂਦਾ ਪਿਆ ਆ। ਸਾਡੀ ਇੱਕ ਪੱਤ ਦਾ ਗੁੜ ਆ ਗਿਆ ਇਹਦੇ ਵਿੱਚ, ਹੁਣ ਦੂਜੀ ਪੱਤ ਸ਼ੁਰੂ ਹੋਣ ਵਾਲੀ ਹੈ ਅਤੇ ਉਹਦਾ ਰੋਹ ਲੈ ਕੇ ਆਉਣ ਲੱਗੇ ਆ, ਉਹ ਬਾਲਟੇ ਵਿੱਚ ਪਾਉਣ ਲੱਗੇ ਆ ਕੜੇ ਵਿੱਚ। ਹੁਣ ਇੱਦਾਂ ਹਿਲਾਈ ਜਾਣਾ, ਹਿਲਾਈ ਜਾਣਾ, ਜੇ ਨਾ ਹਿਲਾਇਆ ਤਾਂ ਇਹਨੇ ਗੱਚਕ ਬਣ ਜਾਣੀ, ਠੀਕ ਹੈ? ਇਸ ਸੂਤਰਾਂ ਤੋਂ ਸਾਨੂੰ ਖਬਰ ਮਿਲੀ ਆ, ਜਿਹੜੀ ਸਾਡੀ ਪਹਿਲੀ ਪੱਤ ਸੀ ਖਰਾਬ ਹੋ ਚੁੱਕੀ ਆ, ਜਿਹੜੀ ਪਹਿਲੀ ਪੱਤ ਸੀ ਉਹ ਸਾਡੀ ਖਰਾਬ ਹੋ ਚੁੱਕੀ ਨਹੀਂ ਆ, ਪੂਰੀ ਪੂਰੀ ਤਾਂ ਨਹੀਂ ਹੋਈ, ਖਰਾਬ ਨਹੀਂ ਹੋਈ, ਜੰਮਣ ਨਹੀਂ ਦਈ, ਜੰਮਣ ਨਹੀਂ ਦਈ, ਜੰਮ ਜੂਗੀ ਪਤਾ, ਹੁਣ ਨਵਾਂ ਤਰੀਕਾ ਜ਼ਮਾਨ ਦੇ ਮੈਂ ਆਪਾਂ, ਹੈ ਨਾ? ਬਾਬੇ ਦੇ ਆਸਰੇ ਬੈਠੇ ਸੀ, ਬਾਬੇ ਤੁਹਾਡੇ ਆਸਰੇ ਆਪਾਂ, ਬਸ ਜੰਮਿਆ ਨਹੀਂ ਆ। ਜਿਹੜੇ ਗੰਨੇ ਸੀ ਨਾ ਉਹ 2 ਦਿਨ ਨਹੀਂ 2 ਦਿਨ ਨਹੀਂ 20 ਦਿਨ ਪੁਰਾਣੇ ਸੀ। ਅੱਜ ਮੇ 2 ਫਰਵਰੀ ਹੋ ਗਈ ਹੈ ਅਤੇ ਲੋਹੜੀ ਤੋਂ 3-4 ਜਦੋਂ ਸਭ ਤੋਂ ਪਹਿਲਾਂ ਇਹਨੇ ਗੁੜ ਬਣਾਇਆ ਸੀ ਉਹ ਬਣਾਇਆ ਸੀ ਲੋਹੜੀ ਤੋਂ 3-4 ਦਿਨ ਪਹਿਲਾਂ, ਉੱਥੇ ਲੋਹੜੀ ਤਾਂ ਤੁਹਾਨੂੰ ਪਤਾ ਹੀ ਆ, ਅਤੇ ਇੱਥੇ ਉਹ ਨਹੀਂ, ਧੁੱਪ ਨਹੀਂ ਲੱਗੀ, ਮੀਂਹ ਪੈਂਦਾ ਰਿਹਾ, ਠੰਡ ਆਉਂਦੀ ਰਹੀ, ਠੰਡ ਬੜੀ ਹੋਈ, ਮੈਂ ਚਾਰ ਪੇੜਾਂ ਨਾ ਹਾਰੀ, ਠੰਡ ਬੜੀ ਹੋਈ ਤਾਂ ਕਰਕੇ ਗੁੜ ਜਾ, ਤਾਂ ਕਰਕੇ ਬਾਅਦ ਵਿੱਚ ਇਹਨਾਂ ਨੇ ਗੁੜ ਨਹੀਂ ਬਣਾਇਆ ਕਿਉਂਕਿ ਧੁੱਪਾਂ ਨਹੀਂ ਲੱਗੀਆਂ।
ਤੇ ਹੁਣ ਧੁੱਪਾਂ ਲੱਗਣ ਲੱਗੀਆਂ ਸੀ ਤੇ ਬੱਦਲ ਆਇਆ ਫਿਰ ਤੇ ਉਹਨੇ ਚਿਰ ਨੂੰ ਜਿਹੜਾ ਗੰਨਾ ਸੀ ਕਮਾਦ ਉਹ ਵਿਆਹ ਹੋ ਗਿਆ ਆਹੋ ਵਿਆਹ ਹੀ ਹੋ ਗਿਆ ਇਹ ਕਹਿ ਸਕਦੇ ਹਾਂ ਖਰਾਬ ਹੋ ਗਿਆ ਤੇ ਜ਼ਿਆਦਾ ਫਿਰ ਬਣਿਆ ਨਹੀਂ ਤੇ ਆਪਾਂ ਪਰ ਥੋੜ੍ਹੇ ਜਿਹੇ ਗੰਨੇ ਜਿਹੜੇ ਹੈਗੇ ਨਾ ਵਧੀਆ ਵਧੀਆ ਆਪਾਂ ਉਹ ਕੱਢ ਕੇ ਰੱਖੇ ਇੱਧਰ ਵਾਲੇ ਪਾਸੇ ਆਹੋ ਆਹ ਰਾਖੀ ਵਾਸਤੇ ਬਿਠਾਇਆ ਓਏ ਇੱਧਰ ਕੀ ਕਰੀ ਜਾਂਦਾ ਬੇਵਕੂਫ ਕੁੱਤਾ ਹੀ ਕੁੱਤੀ ਨਹੀਂ ਆ ਓਏ ਆਹ ਰਾਖੀ ਵਾਸਤੇ ਰੱਖਿਆ ਫਿਰ ਉਹ ਕੀ ਕਰਨ ਦਿਆ ਚਬਰ ਚਬਰ ਹਾਂ ਇਹਦਾ ਨਹੀਂ ਬੋਲੀਦਾ ਤੇ ਉਹ ਆਪਾਂ ਰੋ ਘਰ ਲੈ ਕੇ ਜਾਵਾਂਗੇ ਠੀਕ ਹੈ ਤੂੰ ਅੱਗੇ ਅੱਗੇ ਬਾਬਾ ਪਿੱਛੇ ਪਿੱਛੇ ਉਹ ਵੀ ਨਿੱਕਾ ਜਿਹਾ ਪੈਰ ਉਹ ਚੁੱਕ ਕੇ ਲੈ ਕੇ ਮੇਮਨਾ ਜਾ ਮੇਮਨਾ ਚੁੱਕ ਕੇ ਲੈ ਕੇ ਆ ਜਾ ਮੈਨੂੰ ਡਰ ਲੱਗਦਾ ਨਹੀਂ ਜਾ ਚੱਕ ਕੇ ਲੈ ਕੇ ਕੁਝ ਮੇਮਨੇ ਓਏ ਤੇਰੀ ਦੀ ਓਏ ਤੇਰੀ ਦੀ ਓਏ ਉਹ ਬੱਕਰੀ ਭਜਾ ਕੇ ਲੈ ਗਿਆ ਲਾਲ ਨੂੰ ਲੈ ਮਾਮਾ ਛੇਤੀ ਭੱਜਾ ਭੱਜਾ ਉਹਨੇ ਤੈਨੂੰ ਚੁੱਕੀ ਜਿਹੜੀ ਪਹਿਲੀ ਪੱਤ ਸੀ ਉਹ ਸਾਡੀ ਬਣੀ ਨੀ ਮਤਲਬ ਕਿ ਬਣ ਤੇ ਗਿਆ ਸੀ ਪਰ ਉਹ ਸੁੱਕਿਆ ਨੀ ਸੀ ਤੇ ਗੁੜ ਨੀ ਬਣਿਆ ਉਹਦਾ ਬਾਬਾ ਜੀ ਆਹ ਬਣ ਜੂਗੀ ਇਹ ਬਣਾ ਕੇ ਛੱਡਾਂਗੇ ਹੁਣ ਨਵੇਂ ਜੋ ਤਾਂ ਆਪਾਂ ਕੀ ਕਰਦੇ ਪਏ ਹਾਂ ਹਾਂ ਪਤਾ ਵੇਖ ਨੀ ਜਿਹੜਾ ਸਾਡਾ ਦੂਜਾ ਗੋਲ ਉਹ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਆ ਜਾਓ ਤਾਂ ਸੈਂਪਲ ਇਹ ਪੂਰਾ ਜੰਮਿਆ ਮਤਲਬ ਕਿ ਸੁੱਕ ਗਿਆ ਇਹ ਪੂਰਾ ਗੁੜ ਬਣੂਗਾ ਬਣੇਗਾ ਨਾ ਗੁੜ ਦੂਜਾ ਪੂਰਾ ਵਧੀਆ ਹੁਣ ਤੀਜੀ ਪੱਤ ਰੈਡੀ ਹੋਣ ਵਾਲੀ ਆਪਦੀ ਉਹ ਜਾਂਦੇ ਪਏ ਇੱਧਰ ਤੀਜੀ ਨਹੀਂ ਚੌਥੀ ਚੌਥੀ ਹਾਂ ਹਮੇਸ਼ਾ ਹੱਲ ਗੱਲ ਨੂੰ ਵਧਾ ਚੜਾ ਕੇ ਦੱਸੋ ਠੀਕ ਹੈ ਉਹਨੂੰ ਬਾਬੇ ਨੂੰ ਦੱਸਣਾ ਹੀ ਉਹ ਚੁੱਪ ਕਰ ਉਹਨਾਂ ਨੇ ਕਹੇ ਉਹਦੇ ਬਰਾਬਰ ਆ ਹਾਂ 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 ਮੈਂ ਉੱਚਾ ਹਾਂ ਦੱਸ ਕੀ ਆ ਭਰਾ ਪਿੱਛੇ ਹੋ ਨਹੀਂ ਲੂਣ ਵੀ ਠੀਕ ਹੈ ਸਾਰਾ ਕੁਝ ਅਦਰਕ ਜ਼ਿਆਦਾ ਤੇਜ਼ ਨਹੀਂ ਹਾਂ ਅਦਰਕ ਜ਼ਿਆਦਾ ਪਾਤਾ ਇਹਨਾਂ ਨੇ ਬਹਿਸ ਉੱਦਾਂ ਘੈਂਟ ਆ ਬਸ ਮਿੱਠਾ ਵੀ ਹੈਗਾ ਮਤਲਬ ਕਿ ਠੰਡੀ ਨਹੀਂ ਹੈਗੀ ਠੰਡਾ ਹੀ ਠੰਡੀ ਹੁੰਦੀ ਨਾ ਮਜ਼ਾ ਆਉਣਾ ਸੀ ਜਿਹੜੀ ਸਾਡੀ ਪਹਿਲੇ ਪੱਤ ਸੀ ਉਹਨੂੰ ਸੇਕ ਘੱਟ ਲੱਗਾ ਸੀ ਉਹਨੂੰ ਆਪਾਂ ਲਾ ਲਿਆ ਛੇਤੀ ਪਹਿਲੇ ਅਤੇ ਤਾਂ ਕਰਕੇ ਉਹ ਫਿਰ ਉਹਨੇ ਉਹ ਸੁੱਕਿਆ ਨਹੀਂ ਚੰਗੀ ਤਰ੍ਹਾਂ ਉਹ ਫਿਰ ਬਣਿਆ ਨਹੀਂ ਗੁੜ ਚੰਗੀ ਤਰ੍ਹਾਂ ਉਹ ਹੁਣ ਕਹਿੰਦੇ ਲਾਲ ਲੂਣ ਬਣਾਉਣੀ ਹੋਵੇ ਤਾਂ ਉਹਦੇ 'ਚ ਪਾ ਲਿਓ ਡਰਮ 'ਚ ਪਾ ਦਿੱਤਾ ਆ ਲਾਣ ਅਤੇ ਜਿਹੜੀ ਦੂਜੀ ਪੱਤ ਸੀ ਉਹਦਾ ਗੁੜ ਨਿਕਲ ਆਇਆ ਬਾਬਾ ਕਿੰਨੀਆਂ ਢੇਲੀਆਂ ਬਣੀਆਂ ਕਿੰਨੀਆਂ ਢੇਲੀਆਂ ਬਣੀਆਂ ਮਾਮਾ ਜੀ ਕਿੰਨੀਆਂ ਢੇਲੀਆਂ ਬਣੀਆਂ ਉਹ ਗੁੜ ਦੀਆਂ ਗਿਣਤੀ ਨਹੀਂ ਕੀਤੀ ਵਾਹਵਾ ਬਣ ਗਿਆ ਮੈਂ ਟੋਕਰਾ ਭਰ ਗਿਆ ਇੱਕ 30-35 ਹਾਂ ਅਤੇ ਹੁਣ ਇੱਕ ਤੀਜੀ ਪੱਤ ਲੱਗੀ ਡੇਢ ਘੰਟਾ ਹੋਰ ਲੱਗਣਾ ਯਾਰ ਸਿੱਧੀ ਗੱਲ ਤੇ 9:30 ਵਜੇ ਜਾਣੇ ਘਰ ਜਾਂਦੇ ਆ ਘਰ ਜਾ ਕੇ ਹਲੇ ਮੁੰਬਈ ਟ੍ਰਾਂਸਫਰ ਵੀ ਕਰਨੀ ਆ ਸਵੇਰੇ ਮੇਰਾ ਬਰਥਡੇ ਆ ਠੀਕ ਹੈ ਅਤੇ ਮੈਂ ਘਰ ਵੀ ਜਾਣਾ ਛੇਤੀ ਛੇਤੀ ਸਾਰੇ ਠੀਕ ਹੈ ਹੈਪੀ ਬਰਥਡੇ ਮੈਨੂੰ ਰਾਤੀ ਛੱਡ ਆਓਗੇ ਯਾਰ
मामे होना जरा एक मिनट जरा मामे ने कमाद लाया ये पहली बारी लाया तो एक बारी लाता उन्हें दो तीन दो साल अपने आप उग पाया करना हाँ चुप पेड़ है ना खाली ये तो कह चल आप ही अपने गल अपनी गल की ठीक है खंड यूज करते छुटकारा पास बड़ी हार्मफुल मैं बोलने वास्ते है ना बस आही ही गल लवली दी सस आहो आहो डिस्पेंसरी चलो जी चुक सरमंदा ए तीजी पात वास्ते ना बालन कट गया ही वो आपा हुन लैण आए सी कमाद विच जिहड़ी कमाद विच जिहड़ी गन्ने हुंदी ना उहदी छिलकां जिहड़ियां हुंदियां ओह लथ जांदियां पट्टी विखाउणा नहीं नेरे च की विखाउणा हुण आपा घरे चलिए तू भी मामा गालां बड़ी कड्डन लग पिया जे न्याणे ने ट्रैक्टर लाई हुई है लाइट मैनूं जिद नाल लैके आंदे पए कहिंदे पाजी वेखो 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 ये सवेर दी अट फड़ी है ओए होए आए है दो ने काम सारे ने ब्लू नाल थले लाई थले ग्रीन लाई इथे गोल्ड लाई बल्ले 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 इन्ना क मथा तुसीं पढ़ाई विच भी मार लिया करो हां जिहड़ियां मैडमां तुहानूं शिकायतां देंदियां हैं हुण आपां सारा समान संभालणे आ ठीक है अद्धे घंटे तक तुरदे आपां घरे हुण आपां वेट करदे पए कदों सुक्के ते कदों आपां इहदियां पीनियां वटीए ते कदों आपां घर जाईए ते मैं वीर नूं बड़ा फोर्स टाइम 8 बजे मैं वीर नूं बड़ा फोर्स करना पई ट्रैक्टर ते आ जा पर वीरा ने मेरी गल मन्नी उपर आई नहीं 98 बजे ट्रैक्टर ते नहीं आ जाना पर जो ट्रैक्टर ते पया ओ गड्डी नहीं आया ना हुण आपां ही असीं अपने व्लॉग दा एंड करन लगे आ ग्रैंड की करना किवें करी दा एंड ओके बाय गाइस आ मिलेंगे नेक्स्ट व्लॉग में।